ਲਾਸਟ ਦੋ ਕੁਸ਼ਚਨ ਆਪਾਂ ਕੀਤੇ ਹੈਗੇ ਆ, ਇੱਕ 'ਚ ਆਪਾਂ ਫਾਇੰਡ ਆਊਟ ਕੀਤਾ ਸਿੰਪਲ ਇੰਟਰਸਟ, ਦੂਸਰੇ 'ਚ ਆਪਾਂ ਫਾਇੰਡ ਆਊਟ ਕੀਤਾ ਰੇਟ ਆਫ ਇੰਟਰਸਟ, ਹੁਣ ਤੀਸਰਾ ਹੈਗਾ ਆਪਣੇ ਕੋਲ ਟਾਈਮ ਫਾਇੰਡ ਆਊਟ ਕਰਨਾ। ਕੁਸ਼ਚਨ ਹੈਗਾ, ਇਨ ਹਾਊ ਮੈਨੀ ਈਅਰਸ ਵਿਲ ਏ ਸਮ ਆਫ 3000 ਰੁਪੀਜ਼ ਯੀਲਡ ਅਪ ਸਿੰਪਲ ਇੰਟਰਸਟ ਆਫ 1080 ਰੁਪੀਜ਼ ਐਟ 12% ਪਰ ਐਨਮ। ਤਾਂ ਇਹਦਾ ਸਿੰਪਲ ਜਿਹਾ ਤਰੀਕਾ ਉਹੀ ਪੀ ਇੰਟੂ ਆਰ ਇੰਟੂ ਟੀ ਡਿਵਾਈਡ ਬਾਈ 100 ਐੱਸ ਆਈ ਦੇ ਇਕੁਅਲ ਹੁੰਦਾ। ਹੁਣ ਆਪਾਂ ਨੂੰ ਐੱਸ ਆਈ ਦਿੱਤੀ ਹੈ 1080 ਇਕੁਅਲ ਟੂ ਪੀ, ਆਪਾਂ ਨੂੰ ਦਿੱਤਾ ਵਿਆ ਹੈਗਾ 3000, ਰੇਟ ਆਫ ਇੰਟਰਸਟ 12, ਟੀ ਤੁਸੀਂ ਫਾਇੰਡ ਆਊਟ ਕਰਨੀ ਹੈ ਡਿਵਾਈਡ ਬਾਈ 100। ਠੀਕ ਹੈ, 12 ਦੇ ਪਹਾੜੇ 'ਤੇ 108 ਆਉਂਦਾ। ਜਦੋਂ ਕੈਂਸਲੇਸ਼ਨ ਕਰਨੀ ਹੈ, ਇਹਨਾਂ ਚੀਜ਼ਾਂ ਦਾ ਖਾਸ ਧਿਆਨ ਰੱਖਣਾ ਵੀ ਪੂਰੀ ਫਾਸਟ ਕੈਲਕੂਲੇਸ਼ਨਸ ਆਪਣੀਆਂ ਹੋ ਹੀ ਜਾਣ। ਤਾਂ ਇਹ 9 'ਤੇ ਆਉਂਦਾ। ਠੀਕ ਹੈ, 2 ਜ਼ੀਰੋ ਨਾਲ ਤੁਹਾਡੀਆਂ 2 ਜ਼ੀਰੋਆਂ ਕੱਟੀਆਂ ਗਈਆਂ, 90 ਹੋਣਾ, ਜ਼ੀਰੋ ਨਾਲ ਇੱਕ ਸਾਈਡ ਕੱਟੀ, ਇਹਨਾਂ 'ਤੇ ਕੱਟਿਆ 3। ਤਾਂ ਟੀ ਇਕੁਅਲ ਟੂ ਯੂਅਰ 3 ਈਅਰਸ। ਇਹਦੇ 'ਚ ਇੱਕ ਚੀਜ਼ ਹੋਰ ਤੁਹਾਨੂੰ ਮੈਂ ਨੋਟ ਕਰਵਾ ਦਾਂ, ਕਈ ਵਾਰ ਜਿਹੜੀ ਟੀ ਹੈ ਉਹ ਪੁਆਇੰਟਾਂ 'ਚ ਆਉਂਦੀ ਹੈ। ਲਾਈਕ ਜੇ ਤੁਹਾਡੀ ਟੀ 3.5 ਆਈ ਹੈ, ਇਹ 3.5 ਨਹੀਂ ਹੈ, ਇਹ 3.5 ਨੂੰ ਤੁਸੀਂ ਚੈੱਕ ਕਰੋਗੇ ਵੀ ਪਿੱਛੇ ਕਿੰਨੇ ਪੁਆਇੰਟ ਵੱਜਦੇ ਆ, ਉਹਦੇ ਹਿਸਾਬ ਨਾਲ ਮੰਥ ਬਣਾਉਣੇ ਪੈਂਦੇ ਆ ਉਹਦੇ। ਠੀਕ ਹੈ, ਮੰਥ 'ਚ ਕਨਵਰਟ ਕਰਨਾ ਪਊਗਾ। ਲਾਈਕ 3 ਈਅਰ 6 ਮੰਥਸ, ਇਹ ਨਹੀਂ ਹੈ ਵੀ 3 ਈਅਰ 5 ਮੰਥਸ, ਨੋ, 3 ਈਅਰ 6 ਮੰਥਸ ਬਣ ਗਏ। ਸਿੰਪਲ ਹੈ। ਹੁਣ ਨੈਕਸਟ 'ਚ ਆਪਾਂ ਕਰਾਂਗੇ ਫਾਇੰਡ ਆਊਟ ਪੀ।